ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਥਾਣਾ ਨੂਰਮਹਿਲ ਦੇ SHO ਹਰਦੀਪ ਸਿੰਘ ਮਾਨ ਵੱਲੋਂ ਪਿੰਡ ਪਾਸਲਾ ਦੀ ਖੇਡ ਗਰਾਊਂਡ ਵਿੱਚ ਖਿਡਾਰੀਆਂ ਨਾਲ ਡਾਕਟਰ ਚਮਕੌਰ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਉਹਨਾਂ ਖਿਡਾਰੀਆਂ ਅਤੇ ਹਾਜ਼ਰ ਲੋਕਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਸੰਬੰਧੀ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਜਾਗਰੂਕ ਕਰਕੇ ਨਸ਼ਾ ਛੁਡਾਓ ਕੇਂਦਰਾਂ ਵਿੱਚ ਭੇਜਿਆ ਜਾ ਰਿਹਾ ਹੈ। ਇਸ ਮੌਕੇ ਉਹਨਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ। ਇਸ ਮੌਕੇ ਸਰਪੰਚ ਰਣਜੀਤ ਸਿੰਘ, ਜੀਵਨ ਦਾਸ ਸਾਬਕਾ ਸਰਪੰਚ, ਜਸਵੰਤ ਲਾਲ ਪੰਚ, ਬਿੰਦਰ ਕੌਰ ਪੰਚ, ਰਾਮਸ਼ਾਨ ਪੰਚ, ਨਿਰਮਲ ਦਾਸ ਪੰਚ, ਜਸਵਿੰਦਰ ਕੌਰ ਪੰਚ, ਜਿੰਦੂ ਪੰਚ, ਮੰਗਾ ਪੰਚ, ਬਿੱਟੂ ਸਰਪਾਲ, ਸੁਖਵਿੰਦਰ ਸਿੰਘ, ਕੈਪਟਨ ਲਛਮਣ, ਕਿਰਦਾਰੀ ਲਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਨੌਜਵਾਨ ਮੌਜੂਦ ਸਨ। ਅੱਜ ਪਾਸਲਾ ਜਾਏ ਹਾਂ, ਇਹ ਲੋਕਾਂ ਨੂੰ ਡਰੱਗ ਦੇ ਖਿਲਾਫ ਜਿਹੜਾ ਅਵੇਅਰ ਕੀਤਾ ਵੀ ਜਿਹੜੇ ਨਸ਼ੇ ਆ ਬਹੁਤ ਮਾੜੀ ਆ, ਸਮਾਜ ਦੀ ਲਾਹਨਤ ਆ, ਅਤੇ ਇਹਦੇ ਕੀ ਨੁਕਸਾਨ ਨੇ ਨਸ਼ੇ ਦੇ, ਅਤੇ ਲੋਕਾਂ ਨੇ ਪ੍ਰਣ ਕੀਤਾ ਨਸ਼ਿਆਂ ਨੂੰ ਜਿਹੜੇ ਵੀ ਛੱਡਣ ਦਾ। ਜਿੰਨੇ ਵੀ ਹੈਗੇ ਨੇ ਜਿੱਦਾਂ ਬੱਚੇ ਨੇ ਉਹਨਾਂ ਨੂੰ ਵੀ ਜਿਹੜੇ ਜਾਗਰੂਕ ਕਰਨਗੇ ਲੋਕ, ਇਹਨਾਂ ਪ੍ਰਣ ਕੀਤਾ ਵੀ ਅਸੀਂ ਵੀ ਜਾਗਰੂਕ ਕਰਾਂਗੇ ਸਾਰਿਆਂ ਨੂੰ। ਅਤੇ ਜੇ ਉਸ ਤੋਂ ਬਾਅਦ ਜਿਹੜੇ ਅਸੀਂ ਗਰਾਊਂਡ ਆਏ ਹਾਂ ਪਾਸਲਾ, ਜਿੰਨੇ ਬੱਚੇ ਸੀ ਸਾਰੇ ਸਪੋਰਟਸਮੈਨ, ਉਹਨਾਂ ਨੂੰ ਵੀ ਇਹਦੇ ਬਾਰੇ ਦੱਸਿਆ ਵੀ ਜਿਹਨਾਂ ਨੂੰ ਵੀ ਅਵੇਅਰ ਕੀਤਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ। ਇਹਦੇ ਵਿੱਚ ਸਕੂਲ ਦੇ ਵਿੱਚ ਕਲੱਬ ਬਣਿਆ ਹੋਇਆ, ਉਹਦੇ ਵਿੱਚ ਬਹੁਤ ਵਧੀਆ ਜਿੰਮ ਬਣਾਇਆ ਹੋਇਆ, ਪਿੰਡ ਵਾਲਿਆਂ ਦਾ ਬਹੁਤ ਵਧੀਆ ਉਪਰਾਲਾ ਹੈ ਵੀ ਜਿਹੜਾ ਇਹਨਾਂ ਨੇ ਇਹ ਨੌਜਵਾਨ ਪੀੜ੍ਹੀ ਨੂੰ ਇਹ ਸਪੋਰਟਸ ਵੱਲ ਤੋਰਿਆ। ਸਭ ਤੋਂ ਵਧੀਆ ਇਹ ਉਪਰਾਲਾ ਆ ਆਪਣੇ ਜਿਹੜੀ ਨੌਜਵਾਨ ਪੀੜ੍ਹੀ ਉਹਨੂੰ ਸਪੋਰਟਸ ਵੱਲ ਤੋਰਿਆ ਜਾਵੇ, ਅਤੇ ਜਿਹੜੇ ਆਪਾਂ ਇਹ ਨਸ਼ੇ ਦੀ ਲਾਹਨਤ ਤੋਂ ਆਪਾਂ ਬਚ ਸਕਦੇ ਹਾਂ।